ਅੱਜ ਅਸੀਂ ਇੱਥੇ ਏਅਰਪੋਰਟ 'ਤੇ ਸਰਦਾਰ ਐਸ ਪੀ ਸਿੰਘ ਅਰੋਇਆ ਜੀ ਦੀ ਅਗਵਾਈ ਹੇਠ ਆਏ ਹਾਂ। ਮੇਰੇ ਨਾਲ ਸਰਦਾਰ ਸੁਖਜਿੰਦਰ ਸਿੰਘ ਹੇਰ ਨੇ, ਜੋ ਪੰਜਾਬ ਪ੍ਰਧਾਨ ਨੇ ਟਰੱਸਟ ਦੇ। ਅਸੀਂ ਇਜਨਾਲਾ ਖੇਤਰ ਨਾਲ ਸੰਬੰਧਿਤ ਮੱਧੂ ਛਾਂਗਾ ਪਿੰਡ ਹੈ, ਉੱਥੋਂ ਦਾ ਨੌਜਵਾਨ ਸੀ 29 ਸਾਲਾ ਬਿਕਰਮਜੀਤ ਸਿੰਘ, ਜਿਹਦੀ ਬੀਤੀ 1 ਅਗਸਤ ਨੂੰ ਦੁਬਈ 'ਚ ਕੁਝ ਕਾਰਨਾਂ ਕਰਕੇ ਮੌਤ ਹੋ ਗਈ ਸੀ। ਉਹਦੀ ਡੈੱਡ ਬੋਡੀ ਲੈਣ ਲਈ ਇੱਥੇ ਆਏ ਹਾਂ। ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ, ਵੱਖ ਵੱਖ ਇਲਾਕੇ ਦੀਆਂ ਸ਼ਖਸੀਅਤਾਂ ਰਾਹੀਂ ਵੀ, ਅਤੇ ਉਹ ਪਤਾ ਲੱਗਾ ਸੀਗਾ ਵੀ ਉਹ ਕੰਪਨੀ ਜਿਹੜੀ ਉਹ ਇਨਕਾਰੀ ਆ ਉਹ ਭੇਜਣ ਤੋਂ, ਡੈੱਡ ਬੋਡੀ ਤੋਂ ਉਹਨਾਂ ਨੇ ਮਨਾ ਕਰਤਾ ਹੈ। ਜਿਸ ਤੋਂ ਬਾਅਦ ਅਬਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ, ਉਹਨਾਂ ਨੇ ਉੱਥੇ ਭਾਰਤੀ ਅੰਬੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ। ਤੋਂ ਫਿਰ ਹੁਣ ਕੰਪਨੀ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਕੰਪਨੀ ਨੇ ਦੇ ਸਹਿਯੋਗ ਨਾਲ ਅਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਟਰੱਸਟ ਨੇ ਜਿਹੜੀ ਬੋਡੀ ਅੱਜ ਇੱਥੇ ਭੇਜੀ ਆ, ਅਤੇ ਅਸੀਂ ਪਰਿਵਾਰ ਨੂੰ ਮਤਲਬ ਹੈਂਡਓਵਰ ਕਰਨ ਆਏ ਹਾਂ ਇੱਥੇ। ਇਹ ਕਿੰਨੀ ਬੋਡੀ ਅਜੇ ਤੱਕ ਕੁੱਲ ਕਿੰਨੀਆਂ ਜਿਹੜੀਆਂ ਡੈੱਡ ਬੋਡੀਆਂ ਜਿਹੜੀਆਂ ਵਿਦੇਸ਼ ਤੋਂ ਆ ਚੁੱਕੀਆਂ ਨੇ? ਹੁਣ ਤੱਕ ਜਿਹੜਾ ਅਬਰਾਏ ਸਾਹਿਬ ਦੇ ਯਤਨਾਂ ਨਾਲ ਇਹ ਵਾਲੀ ਵਿੱਚ ਬੋਡੀ ਪਾ ਕੇ 371 ਮ੍ਰਿਤਕ ਦੇਹਾਂ ਜਿਹੜੀਆਂ ਭਾਰਤ ਪਹੁੰਚਾਈਆਂ ਜਾ ਚੁੱਕੀਆਂ, ਅਤੇ ਆਉਣ ਵਾਲੇ ਦਿਨਾਂ ਵਿੱਚ ਉੱਥੇ ਪਤਾ ਲੱਗਾ, ਭਾਅ ਜੀ ਨੇ ਦੱਸਿਆ ਸਾਨੂੰ ਵੀ 6 ਤੋਂ 7 ਵੱਖ ਵੱਖ ਥਾਵਾਂ ਦੀਆਂ ਲਵਾਰਸ, ਜਿਹਨਾਂ ਦੇ ਅਜੇ ਵਾਰਸਾਂ ਨੂੰ ਪਤਾ ਵੀ ਨਹੀਂ ਆ, ਉਹ ਵੀ ਡੈੱਡ ਬੋਡੀਆਂ ਹੈਗੀਆਂ ਜਿਹੜੀਆਂ ਜਲਦੀ ਭਾਰਤ ਲਿਆਂਦੀਆਂ ਜਾਣਗੀਆਂ। ਅਤੇ ਇੱਕ ਮ੍ਰਿਤਕ ਦੇਹ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ ਗਿਆ ਹੈ, ਪਿੰਡ ਦੀ ਪੰਚਾਇਤ ਨੇ ਉੱਥੇ ਲਿਖ ਕੇ ਦੇ ਦਿੱਤਾ ਸੀ ਵੀ ਉਹਦੇ ਵਾਰਸ ਨਹੀਂ ਹੈਗੇ ਅਤੇ ਇੱਥੇ ਨਹੀਂ ਲਿਆਂਦਾ ਜਾ ਸਕਦਾ ਇਸ ਕਾਰਨ। ਹਾਂਜੀ ਭਾਅ ਜੀ, ਅੱਜ ਏਅਰਪੋਰਟ 'ਤੇ ਪਹੁੰਚੇ, ਉਹਦੇ ਕੀ ਮਸਲਾ ਹੈਗਾ ਇੱਥੇ ਜੀ? ਸਰ, ਅੱਜ ਅਸੀਂ ਸਾਡਾ ਛੋਟਾ ਬੇਟਾ ਬਿਕਰਮਜੀਤ ਸਿੰਘ ਪਿੰਡ ਮੱਧੂ ਛਾਂਗੇ, ਜੋ ਆਪਣੀ ਰੋਜ਼ੀ ਰੋਟੀ ਵਾਸਤੇ ਵਿਦੇਸ਼ ਵਿੱਚ ਗਿਆ ਸੀਗਾ, ਕੁਝ ਹੋਣੀ ਨੇ ਉੱਥੇ ਘੇਰ ਲਿਆ ਅਤੇ ਉਹਦੀ 40 ਕੁ ਦਿਨ ਹੋ ਗਏ ਡੈੱਥ ਹੋਈ ਨੂੰ। 1 ਅਗਸਤ ਨੂੰ ਉੱਥੇ ਉਹਦੀ ਡੈੱਥ ਹੋਈ, ਅਤੇ ਅੱਜ ਅਸੀਂ ਮੈਂ ਅਤੇ ਮੇਰੀ ਸਾਰੀ ਟੀਮ, ਅੱਜ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਨੇ ਵੀ ਆਉਣਾ ਸੀਗਾ ਪਰ ਕੁਰਜੇਵਿਆਂ ਕਰਕੇ ਉਹ ਆ ਨਹੀਂ ਸਕੇ, ਅਤੇ ਉਹਨਾਂ ਨੇ ਮੇਰੀ ਦਾਸ ਦੀ ਡਿਊਟੀ ਲਾਈ ਵੀ ਤੁਸੀਂ ਜਾਓ, ਅਤੇ ਮੇਰੇ ਨਾਲ ਸਾਡੇ ਸੁਖਜਿੰਦਰ ਹੇਰ ਜੀ ਐਸ ਪੀ ਅਬਰਾਈ ਦੀ ਟੀਮ ਉਹ ਵੀ ਮੇਰੇ ਨਾਲ ਮੌਜੂਦ ਆ, ਅਤੇ ਅੱਜ ਉਹਦੀ ਡੈੱਡ ਬੋਡੀ ਆ ਰਹੀ ਏਅਰਪੋਰਟ 'ਤੇ, ਅਸੀਂ ਉਹ ਡੈੱਡ ਬੋਡੀ ਲੈਣ ਵਾਸਤੇ ਆਏ ਹਾਂ ਅਤੇ ਸਾਰੀ ਟੀਮ ਨਾਲ ਆ। ਅਤੇ ਮੈਂ ਅਬਰਾਏ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਬੱਚੇ ਦੀ ਘਰ ਦੀ ਹਾਲਤ ਬਹੁਤ ਤਰਸਯੋਗ ਆ, ਅਤੇ ਕਿਰਪਾ ਕਰਕੇ ਉਹਦੀ ਮਾਤਾ ਦੀ ਮਾਲੀ ਸਹਾਇਤਾ ਕੀਤੀ ਜਾਵੇ, ਉਹਦੀ ਪੈਨਸ਼ਨ ਲਾਈ ਜਾਵੇ, ਕਿਉਂਕਿ ਚਲੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਬਾਕੀ ਅਸੀਂ ਆਪਣੇ ਵੱਲੋਂ ਪੂਰੇ ਨਗਰ ਵੱਲੋਂ, ਜੋ ਪਿੰਡ ਦੀ ਅਗਵਾਈ ਕਰਦਾ ਸਾਡਾ ਛੋਟਾ ਵੀਰ ਜਗਰੂਪ ਜੀ ਵੱਲੋਂ, ਪੂਰੇ ਨਗਰ ਵੱਲੋਂ ਅਸੀਂ ਆਪਣੇ ਐਸ ਪੀ ਅਬਰਾਏ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ, ਜੋ ਕਿ ਸਾਡੇ ਹਰ ਟਾਈਮ ਪੰਜਾਬ ਦੀ ਔਖੀ ਘੜੀ ਦੇ ਵਿੱਚ ਸਾਡੇ ਨਾਲ ਖਲੋਂਦੇ ਨੇ। ਅਬਰਾਏ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਦਿਲੋਂ ਸਲੂਟ ਆ ਇਹੋ ਜਿਹੀ ਸ਼ਖਸੀਅਤ ਨੂੰ। ਅੱਜ ਅਸੀਂ ਇੱਥੇ ਏਅਰਪੋਰਟ 'ਤੇ ਸਰਦਾਰ ਐਸ ਪੀ ਸਿੰਘ ਅਰੋਇਆ ਜੀ ਦੀ ਅਗਵਾਈ ਹੇਠ ਆਏ ਹਾਂ। ਮੇਰੇ ਨਾਲ ਸਰਦਾਰ ਸੁਖਜਿੰਦਰ ਸਿੰਘ ਹੇਰ ਨੇ, ਜੋ ਪੰਜਾਬ ਪ੍ਰਧਾਨ ਨੇ ਟਰੱਸਟ ਦੇ। ਅਸੀਂ ਇਜਨਾਲਾ ਖੇਤਰ ਨਾਲ ਸੰਬੰਧਿਤ ਮੱਧੂ ਛਾਂਗਾ ਪਿੰਡ ਹੈ, ਉੱਥੋਂ ਦਾ ਨੌਜਵਾਨ ਸੀ 29 ਸਾਲਾ ਬਿਕਰਮਜੀਤ ਸਿੰਘ, ਜਿਹਦੀ ਬੀਤੀ 1 ਅਗਸਤ ਨੂੰ ਦੁਬਈ 'ਚ ਕੁਝ ਕਾਰਨਾਂ ਕਰਕੇ ਮੌਤ ਹੋ ਗਈ ਸੀ। ਉਹਦੀ ਡੈੱਡ ਬੋਡੀ ਲੈਣ ਲਈ ਇੱਥੇ ਆਏ ਹਾਂ। ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ, ਵੱਖ ਵੱਖ ਇਲਾਕੇ ਦੀਆਂ ਸ਼ਖਸੀਅਤਾਂ ਰਾਹੀਂ ਵੀ, ਅਤੇ ਉਹ ਪਤਾ ਲੱਗਾ ਸੀਗਾ ਵੀ ਉਹ ਕੰਪਨੀ ਜਿਹੜੀ ਉਹ ਇਨਕਾਰੀ ਆ ਉਹ ਭੇਜਣ ਤੋਂ, ਡੈੱਡ ਬੋਡੀ ਤੋਂ ਉਹਨਾਂ ਨੇ ਮਨਾ ਕਰਤਾ ਹੈ। ਜਿਸ ਤੋਂ ਬਾਅਦ ਅਬਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ, ਉਹਨਾਂ ਨੇ
ਉੱਥੇ ਭਾਰਤੀ ਅੰਬੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ, ਤੋ ਫਿਰ ਹੁਣ ਕੰਪਨੀ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਕੰਪਨੀ ਨੇ ਦੇ ਸਹਿਯੋਗ ਨਾਲ ਅਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਟਰੱਸਟ ਨੇ ਜਿਹੜੀ ਬੋਡੀ ਅੱਜ ਇੱਥੇ ਭੇਜੀ ਆ ਅਤੇ ਅਸੀਂ ਪਰਿਵਾਰ ਨੂੰ ਮਤਲਬ ਹੈਂਡਓਵਰ ਕਰਨ ਆਏ ਹਾਂ ਇੱਥੇ। ਇਹ ਕਿੰਨੀ ਬੋਡੀ ਅਜੇ ਤੱਕ ਜਿਹੜੀ ਕੁੱਲ ਕਿੰਨੀਆਂ ਜਿਹੜੀਆਂ ਡੈੱਡ ਬੋਡੀਆਂ ਜਿਹੜੀਆਂ ਵਿਦੇਸ਼ ਤੋਂ ਆ ਚੁੱਕੀਆਂ ਨੇ? ਹੁਣ ਤੱਕ ਜਿਹੜਾ ਅਬਰਾਏ ਸਾਹਿਬ ਦੇ ਯਤਨਾਂ ਨਾਲ ਇਹ ਵਾਲੀ ਵਿੱਚ ਬੋਡੀ ਪਾ ਕੇ 371 ਮ੍ਰਿਤਕ ਦੇਹਾਂ ਜਿਹੜੀਆਂ ਭਾਰਤ ਪਹੁੰਚਾਈਆਂ ਜਾ ਚੁੱਕੀਆਂ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉੱਥੇ ਪਤਾ ਲੱਗਾ, ਭਾਅ ਜੀ ਨੇ ਦੱਸਿਆ ਸਾਨੂੰ ਕਿ 6 ਤੋਂ 7 ਵੱਖ ਵੱਖ ਥਾਵਾਂ ਦੀਆਂ ਲਵਾਰਸ ਜਿਹਨਾਂ ਦੇ ਅਜੇ ਵਾਰਸਾਂ ਨੂੰ ਪਤਾ ਵੀ ਨਹੀਂ ਆ ਉਹ ਵੀ ਡੈੱਡ ਬੋਡੀਆਂ ਹੈਗੀਆਂ ਜਿਹੜੀਆਂ ਜਲਦੀ ਭਾਰਤ ਲਿਆਂਦੀਆਂ ਜਾਣਗੀਆਂ ਅਤੇ ਇੱਕ ਮ੍ਰਿਤਕ ਦੇਹ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ ਗਿਆ ਹੈ। ਪਿੰਡ ਦੀ ਪੰਚਾਇਤ ਨੇ ਉੱਥੇ ਲਿਖ ਕੇ ਦੇ ਦਿੱਤਾ ਸੀ ਵੀ ਉਹਦੇ ਵਾਰਸ ਨਹੀਂ ਹੈਗੇ ਅਤੇ ਇੱਥੇ ਨਹੀਂ ਲਿਆਂਦਾ ਜਾ ਸਕਦਾ ਇਸ ਕਾਰਨ। ਹਾਂਜੀ ਭਾਅ ਜੀ, ਅੱਜ ਏਅਰਪੋਰਟ 'ਤੇ ਪਹੁੰਚੇ, ਉਹਦੇ ਕੀ ਮਸਲਾ ਹੈਗਾ ਇੱਥੇ ਜੀ? ਸਰ ਅੱਜ ਅਸੀਂ ਸਾਡਾ ਛੋਟਾ ਬੇਟਾ ਬਿਕਰਮਜੀਤ ਸਿੰਘ ਪਿੰਡ ਮਧੂ ਛਾਂਗੇ ਜੋ ਆਪਣੀ ਰੋਜ਼ੀ ਰੋਟੀ ਵਾਸਤੇ ਵਿਦੇਸ਼ ਵਿੱਚ ਗਿਆ ਸੀਗਾ, ਕੁਝ ਹੋਣੀ ਨੇ ਉੱਥੇ ਘੇਰ ਲਿਆ ਅਤੇ ਉਹਦੇ ਉਹਦੀ 40 ਕੁ ਦਿਨ ਹੋ ਗਏ ਡੈੱਥ ਹੋਈ ਨੂੰ, 1 ਅਗਸਤ ਨੂੰ ਉੱਥੇ ਉਹਦੀ ਡੈੱਥ ਹੋਈ ਅਤੇ ਅੱਜ ਅਸੀਂ ਮੈਂ ਅਤੇ ਮੇਰੀ ਸਾਰੀ ਟੀਮ ਅੱਜ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਨੇ ਵੀ ਆਉਣਾ ਸੀਗਾ ਪਰ ਕੁਰਜੇਵਿਆਂ ਕਰਕੇ ਉਹ ਆ ਨਹੀਂ ਸਕੇ ਅਤੇ ਉਹਨਾਂ ਨੇ ਮੇਰੀ ਦਾਸ ਦੀ ਡਿਊਟੀ ਲਾਈ ਵੀ ਤੁਸੀਂ ਜਾਓ ਅਤੇ ਮੇਰੇ ਨਾਲ ਸਾਡੇ ਸੁਖਜਿੰਦਰ ਹੇਰ ਜੀ SP ਅਬਰਾਈ ਦੀ ਟੀਮ ਉਹ ਵੀ ਮੇਰੇ ਨਾਲ ਮੌਜੂਦ ਆ ਅਤੇ ਅੱਜ ਉਹਦੀ ਡੈੱਡ ਬੋਡੀ ਆ ਰਹੀ ਏਅਰਪੋਰਟ 'ਤੇ, ਅਸੀਂ ਉਹ ਡੈੱਡ ਬੋਡੀ ਲੈਣ ਵਾਸਤੇ ਆਏ ਹਾਂ ਅਤੇ ਸਾਰੀ ਟੀਮ ਨਾਲ ਆ ਅਤੇ ਮੈਂ ਅਬਰਾਏ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਬੱਚੇ ਦੀ ਘਰ ਦੀ ਹਾਲਤ ਬਹੁਤ ਤਰਸਯੋਗ ਆ ਅਤੇ ਕਿਰਪਾ ਕਰਕੇ ਉਹਦੀ ਮਾਤਾ ਦੀ ਮਾਲੀ ਸਹਾਇਤਾ ਕੀਤੀ ਜਾਵੇ, ਉਹਦੀ ਪੈਨਸ਼ਨ ਲਾਈ ਜਾਵੇ ਕਿਉਂਕਿ ਚਲੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਬਾਕੀ ਅਸੀਂ ਆਪਣੇ ਵੱਲੋਂ ਪੂਰੇ ਨਗਰ ਵੱਲੋਂ ਜੋ ਪਿੰਡ ਦੀ ਅਗਵਾਈ ਕਰਦਾ ਸਾਡਾ ਛੋਟਾ ਵੀਰ ਜਗਰੂਪ ਜੀ ਵੱਲੋਂ ਪੂਰੇ ਨਗਰ ਵੱਲੋਂ ਅਸੀਂ ਆਪਣੇ SP ਅਬਰਾਏ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਹਰ ਟਾਈਮ ਪੰਜਾਬ ਦੀ ਔਖੀ ਘੜੀ ਦੇ ਵਿੱਚ ਸਾਡੇ ਨਾਲ ਖਲੋਂਦੇ ਨੇ। ਅਬਰਾਏ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਦਿਲੋਂ ਸਲੂਟ ਆ ਇਹੋ ਜਿਹੀ ਸ਼ਖਸੀਅਤ ਨੂੰ।